بر حسدائے دل جچدائے اے دل بھگت میاں دا نچدائے میری ماں رنگا دل چا ਜਿਹੜਾ ਬਾਈ ਨੇ ਕਿਹਾ ਬਾਈ ਦੇ ਦਾੜੀ ਰੱਖੀ ਆ ਸਿੱਖਾਂ ਦਾ ਮੁੰਡਾ ਤੇਰੇ ਨਾਂ ਨਾਲ ਵੀ ਸਿੰਘ ਲੱਗਦਾ ਹੋਊਗਾ ਹਨਾ ਜਿਹਦੇ ਨਾਂ ਨਾਲ ਜਿਹਦੇ ਨਾਂ ਨਾਲ ਸਿੰਘ ਤੇ ਕੌਰ ਲੱਗਦਾ ਉਹਨਾਂ ਨੂੰ ਸਿੰਘ ਤੇ ਕੌਰ ਦੀ ਮਹੱਤਤਾ ਪਤਾ ਗਈ ਵੀ ਗੁਰੂ ਗੋਬਿੰਦ ਸਿੰਘ ਨੇ ਆਪਦਾ ਸਾਰਾ ਪਰਿਵਾਰ ਵਾਰ ਕੇ ਆਪਣੇ ਨਾਂ ਨਾਲ ਸਿੰਘ ਤੇ ਕੌਰ ਲਾਇਆ ਅਸੀਂ ਇਹ ਗੱਲ ਨਹੀਂ ਕਹਿੰਦੇ ਅਸੀਂ ਵੀ ਟੋਪੀਆਂ ਲਾਈਆਂ ਠੀਕ ਆ ਹਿੰਦੂ ਧਰਮ ਦੇ ਰੀਤੀ ਰਿਵਾਜ ਜੋ ਵੀ ਆ ਜਾਗਰਣ ਜੋ ਵੀ ਸਿਸਟਮ ਆ ਹਿੰਦੂ ਧਰਮ ਦੇ ਆ ਤੁਹਾਨੂੰ ਇਹ ਜਿਹੜਾ ਨਾਂ ਨਾਲ ਸਿੰਘ ਤੇ ਕੌਰ ਸਿੰਘ ਨਾਂ ਸ਼ੇਰ ਦਾ ਤੇ ਜਿਹੜਾ ਕੌਰ ਨਾਂ ਇਹਦਾ ਤੁਸੀਂ ਇਤਿਹਾਸ ਪੜ੍ਹੋਗੇ ਤੁਹਾਨੂੰ ਲੋਕ ਬਾਬਿਆਂ ਦੇ ਮਗਰ ਲਾਈ ਫਿਰਦੇ ਆ ਠੀਕ ਆ ਮਾਤਾ ਰਾਣੀਆਂ ਦੇ ਮਗਰ ਲਾਈ ਫਿਰਦੇ ਆ ਸਿਰਫ ਇਸ ਕਰਕੇ ਕਿ ਤੁਸੀਂ ਪੜ੍ਹੇ ਲਿਖੇ ਨਹੀਂ ਗਏ ਜਿੱਦਾਂ ਤੁਸੀਂ ਸਿੱਖ ਧਰਮ ਦਾ ਇਤਿਹਾਸ ਪੜ੍ਹ ਲਿਆ ਨਾ ਉੱਥੇ ਤੁਸੀਂ ਜਾਗਰਣ ਜੁਗਰਣ ਦੇ ਨੇੜੇ ਦੇ ਨਹੀਂ ਲੰਘਣਾ ਠੀਕ ਆ ਇਹ ਸਾਰੀਆਂ ਮਿੱਥੀਆਂ ਹੋਈਆਂ ਚੀਜ਼ਾਂ ਤੇ ਮਿਥਿਹਾਸ ਆ ਠੀਕ ਆ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਸਾਡੇ ਨਾਂ ਨਾਲ ਸਿੰਘ ਲਾਇਆ ਤੇ ਕੌਰ ਲਾਇਆ ਜਿਹਨੇ ਆਪਦੇ ਚਾਰ ਪੁੱਤ ਵਾਰਤੇ ਉਹ ਬੰਦਾ ਸ਼ਹਿਨਸ਼ਾਹ ਸੀਗਾ ਸਾਰਾ ਕੁਛ ਉਹਦੇ ਕੋਲ ਸੀਗਾ ਪੈਸਾ ਢੀਲਾ ਰਾਜ ਉਹਨੇ ਸਿਰਫ ਆਪਣੇ ਨਾਂ ਨਾਲ ਸਿੰਘ ਲਾਉਣ ਦੀ ਖਾਤਰ ਆਪਦਾ ਸਾਰਾ ਪਰਿਵਾਰ ਵਾਰਤਾ ਠੀਕ ਆ ਆਪਾਂ ਅੱਜ ਉਹਨੂੰ ਭੁੱਲ ਕੇ ਇੱਥੇ ਮਾਤਾ ਦੇ ਜਾਗਰਣ ਕਰਦੇ ਫਿਰਦੇ ਹਾਂ ਮੈਂ ਸਿਰਫ ਇੱਕ ਗੱਲ ਕਹੀ ਸੀ ਕਿ ਸੰਤ ਜਰਨੈਲ ਸਿੰਘ ਪਿੰਡਾਲੇ ਦੇ ਦੋ ਲੈਣਾ ਬੋਲਦੇ ਵੀਰਾਂ ਨੂੰ ਗੁੱਸਾ ਲੱਗਿਆ ਇੱਕ ਮਿੰਟ ਵੀਰੇ ਮੈਨੂੰ ਇਸ ਗੱਲ ਦਾ ਦੁੱਖ ਲੱਗਿਆ ਵੀ ਗੁੱਸਾ ਉਸ ਬੰਦੇ ਨੂੰ ਲੱਗਿਆ ਜਿਹਦੇ ਮੂੰਹ ਤੇ ਦਾੜੀ ਰੱਖੀ ਆ ਜਿਹਦੇ ਨਾਂ ਨਾਲ ਸਿੰਘ ਲੱਗਦਾ ਠੀਕ ਆ ਮੈਨੂੰ ਇੱਕ ਮਿੰਟ ਵੀਰੇ ਗੱਲ ਸੁਣ ਸਾਡੇ ਪਿੰਡ ਦਾ ਕੰਮ ਆ ਸਾਰੇ ਸਾਡੇ ਭੈਣ ਭਰਾ ਗਏ ਠੀਕ ਆ ਸਾਨੂੰ ਕਿਸੇ ਨਾਲ ਕੋਈ ਗੁੱਸਾ ਨਹੀਂ ਸਾਨੂੰ ਗੁੱਸਾ ਸਿਰਫ ਇਸ ਗੱਲ ਨਾਲ ਆ ਵੀ ਜੇ ਇੰਨਾ ਪਿਆਰ ਤੇ ਇੰਨੀ ਹਮਦਰਦੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਇੰਨਾ ਜ਼ਿਆਦਾ ਪੈਸਾ ਗੁਰਦੁਆਰਿਆਂ ਤੇ ਚੜ੍ਹਦਾ ਜੇ ਉਹ ਪੈਸਾ ਗਰੀਬਾਂ ਚ ਵੰਡਿਆ ਜਾਵੇ ਜਾਂ ਕੋਈ ਹਸਪੀਟਲ ਤੇ ਜਾਂ ਕੁਛ ਸਕੂਲ ਖੋਲੇ ਜਾਣ ਤੇ ਕੌਮ ਆਪਦੇ ਸਿੱਖ ਧਰਮ ਲਈ ਜਾਵੇ ਪਰ ਲੋਕਾਂ ਨੇ ਇਹ ਰਿਵਾਜ ਬਣਾ ਤੇ ਵੀ ਗੁਰੂ ਨਾਨਕ ਦੇਵ ਜੱਟਾਂ ਦਾ ਤੇ ਗੁਰੂ ਰਵਿਦਾਸ ਚਮਿਆਰਾਂ ਦਾ ਤੇ ਮਾਈਪੀਆਂ ਦਾ ਠੀਕ ਆ ਜਿੰਨਾ ਚਿਰ ਜਾਤ ਪਾਤ ਖਤਮ ਨਹੀਂ ਹੁੰਦੀ ਉਹਨਾਂ ਚਿਰ ਸਿੱਖਾਂ ਸਿੱਖ ਧਰਮ ਅੱਗੇ ਨਹੀਂ ਵਧੂਗਾ ਤੇ ਉਹਨਾਂ ਚਿਰ ਸਿੱਖ ਹੀ ਜਾਗਰਣ ਕਰਾਉਣ ਹਟਣਗੇ ਨਹੀਂ ਤੁਸੀਂ ਸਿੱਖ ਆ ਬਾਬਾ ਦੀਪ ਸਿੰਘ ਵੀ ਮੈਂ ਵੀ ਸਿੱਖ ਸੀ ਜਿਹਨੇ ਸਿਰ ਹੱਥ ਤੇ ਰੱਖ ਕੇ ਲੜਾਈ ਲੜੀ ਆ ਠੀਕ ਆ ਤੇ ਤੁਸੀਂ ਉਸ ਬਾਬਾ ਦੀਪ ਸਿੰਘ ਦੀ ਔਲਾਦ ਆ ਤੇ ਤੁਸੀਂ ਹੁਣ ਆਪ ਹੀ ਦੇਖ ਲਓ ਕਿ ਤੁਸੀਂ ਕਿੱਧਰ ਨੂੰ ਜਾ ਰਹੇ ਹੋ ਬਹੁਤ ਸ਼ਰਮ ਦੀ ਗੱਲ ਆ ਸਾਡੇ ਵਾਸਤੇ ਬਾਕੀ ਤੁਸੀਂ ਜੋ ਸੋਚਣਾ ਸੋਚੋ ਜਿੱਦਾਂ ਤੁਸੀਂ ਸਿੱਖ ਇਤਿਹਾਸ ਪੜ੍ਹ ਲਿਆ ਤੁਸੀਂ ਕਿਤੇ ਮਾਤਾ ਦੇ ਕਿਸੇ ਮੱਟੀ ਤੇ ਕਿਤੇ ਮੱਥਾ ਨਹੀਂ ਟੇਕੋਗੇ ਨਾ ਅਸੀਂ ਟੇਕਦੇ ਹਾਂ ਠੀਕ ਆ ਸਾਨੂੰ 10 ਸਾਲ ਹੋ ਗਏ ਜਿਲ੍ਹਾ ਕਰਦੇ ਫਿਰਦੇ ਨੂੰ ਨਾ ਕਿਸੇ ਮਾਤਾ ਨੇ ਸਾਡਾ ਭਲਾ ਕਰਿਆ ਨਾ ਸਾਡਾ ਕਿਸੇ ਨੇ ਭਲਾ ਕਰਿਆ ਜਿੱਦੇ ਭਲਾ ਕਰਿਆ ਹਰਿਮੰਦਰ ਸਾਹਿਬ ਤੋਂ ਭਲਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।